ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਨੋਰੀ ਸੋ ਲਹੋਰੀ, ਇੱਕ ਸਨੋਰੀ ਸੋ ਲਹੋਰੀ। ਲਓ ਜੀ ਸਾਧ ਸੰਗਤ ਜੀ, ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਬਹੁਤ ਹੀ ਪ੍ਰਾਚੀਨ ਸ਼ਹਿਰ ਘੜਾਮ ਦੇ। ਘੜਾਮ ਸ਼ਹਿਰ ਦਾ ਜੋ ਡਿਸਟ੍ਰਿਕ ਹੈ ਉਹ ਪਟਿਆਲਾ ਹੈ, ਸਟੇਟ ਪੰਜਾਬ ਹੈ ਜੀ। ਇਹ ਜੋ ਸ਼ਹਿਰ ਘੜਾਮ ਹੈ ਜੀ, ਇਹ ਤਕਰੀਬਨ 5000 ਸਾਲ ਤੋਂ 10000 ਸਾਲ ਪੁਰਾਣਾ ਮੰਨਿਆ ਜਾਂਦਾ ਹੈ ਜੀ। ਕਿਹਾ ਜਾਂਦਾ ਹੈ ਜੀ ਕਿ ਸ਼੍ਰੀ ਰਾਮ ਚੰਦਰ ਜੀ ਦੇ ਜੋ ਸਹੁਰਾ ਪਰਿਵਾਰ ਸੀ ਉਹ ਇੱਥੋਂ ਦਾ ਸੀ। ਇਹ ਜੋ ਏਰੀਆ ਸੀ ਇਹ ਸਹੁਰੇ ਪਰਿਵਾਰ ਦੀ ਹੱਦ ਵਿੱਚ ਆਉਂਦਾ ਸੀ। ਇੱਥੋਂ ਦੇ ਜੋ ਪੁਰਾਣੇ ਕਿਲੇ ਅਤੇ ਪੁਰਾਣੀਆਂ ਦੀਵਾਰਾਂ ਮਿਲੀਆਂ ਹਨ ਜੀ, ਮੰਨਿਆ ਜਾਂਦਾ ਹੈ ਕਿ ਇਹ ਜੋ ਏਰੀਆ ਹੈ ਇੱਕ ਪਹਾੜ ਦੇ ਰੂਪ ਦੇ ਵਿੱਚ ਜੋ ਏਰੀਆ ਹੈ ਇਹ 5000 ਤੋਂ 10000 ਸਾਲ ਪੁਰਾਣਾ ਹੈ ਜੀ। ਅਤੇ ਇੱਥੇ ਜੋ ਦਰਗਾਹ ਹੈ ਉਹ ਵੀ ਬਹੁਤ ਹੀ ਪ੍ਰਾਚੀਨ ਅਤੇ ਪੁਰਾਣੀ ਹੈ ਜੀ। ਦਰਸ਼ਨ ਕਰੋ ਜੀ ਦਰਗਾਹ ਬਾਬਾ ਪੀਰ ਭੀਖਮ ਸ਼ਾਹ ਜੀ ਦੇ, ਜੋ ਮੀਰਾ ਜੀ ਹਨ ਜੀ, ਮੀਰਾ ਜੀ ਦੇ ਨਾਮ ਨਾਲ ਸਿੱਧ ਹਨ ਜੀ, ਧੰਨ ਧੰਨ ਪੀਰ ਭੀਖਮ ਸ਼ਾਹ ਜੀ, ਮੀਰਾ ਜੀ, ਘੜਾਮ ਪਟਿਆਲਾ। ਬਹੁਤ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਮੱਥੇ ਟੇਕਦੇ ਹਨ ਜੀ, ਆਪਣੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੇ ਹਨ ਜੀ। ਇਹ ਬਹੁਤ ਹੀ ਪ੍ਰਾਚੀਨ ਅਸਥਾਨ ਹੈ ਜੀ। ਇੱਥੇ ਸ਼ਿਵ ਸ਼ੰਕਰ ਮਹਾਰਾਜ ਜੀ ਦਾ ਅਸਥਾਨ ਹੈ, ਮੁੱਗਾ ਮਾੜੀ ਹੈ, ਮੁੱਗਾ ਜਾਰਵੀਰ ਮਹਾਰਾਜ ਦਾ ਅਸਥਾਨ ਹੈ ਜੀ, ਬਾਬਾ ਪੀਰ ਬਾਬਾ ਭੀਖਮ ਸ਼ਾਹ ਜੀ ਦਾ ਅਸਥਾਨ ਹੈ ਜੀ, ਇੱਕ ਗੁਰਦੁਆਰਾ ਵੀ ਹੈ ਜੀ ਅਤੇ ਇੱਕ ਮੰਦਿਰ ਵੀ ਹੈ। ਸੋ ਸਾਧ ਸੰਗਤ ਜੀ ਦਰਸ਼ਨ ਕਰੋ ਜੀ ਅਤੇ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Thank you.
ਹੂੰ।